ਇਹ ਸਤਲੁਜ ਦੇ ਪਰਲੇ ਪਾਸੇ ਜਿਹੜਾ ਕਾਲੂ ਵਾਲਾ ਪਿੰਡ ਔਰ ਇਸ ਪਾਸੇ ਟੈਂਡੀ ਵਾਲਾ ਗੱਟੀ ਰਾਜੂ ਕੀ ਹੋਰ ਕਾਫੀ ਸਾਰੇ ਪਿੰਡ ਆ ਜਿਹੜੇ ਸਤਲੁਜ ਤੋਂ ਪਾਰ 15 ਤੋਂ 16 ਪਿੰਡ ਆ ਹਰ ਸਾਲ ਹੀ ਇਹ ਆੜ ਆਉਂਦੇ ਨੇ ਦੁੱਖ ਸੁੱਖ ਜਿੰਦਗੀ ਦਾ ਹੈ ਕਿਸਾਨੇ ਔਰ ਇਹਦੇ ਵਿੱਚ ਦਿਲ ਨਹੀਂ ਛੱਡਣਾ ਚਾਹੀਦਾ ਜਿਹੜੇ ਲੋਕ ਇੱਥੇ ਇਹਨਾਂ ਦੇ ਲਈ ਸਮਗਰੀ ਲੈ ਕੇ ਆਏ ਇਹਨਾਂ ਦੇ ਲਈ ਲੰਗਰ ਲੈ ਕੇ ਆਏ ਇਹਨਾਂ ਦੇ ਲਈ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਕਾਫੀ ਲੋਕਾਂ ਨੇ ਦੱਸਿਆ ਕਿ ਸਥਿਤੀ ਹੈ ਜਿਹੜੀ ਉਹਨਾਂ ਦੀ ਬਹੁਤ ਹੀ ਜਿਹੜੀ ਆ ਦੱਸਣ ਯੋਗ ਨਹੀਂ ਹੈਗੀ ਇੰਨਾ ਜ਼ਿਆਦਾ ਖਤਰੇ 'ਚ ਇੱਕ ਦੋ ਪੈਕੇਟ ਨਹੀਂ ਚਾਰ ਪੰਜ ਨਹੀਂ ਪਾਣੀ ਦੀਆਂ ਬੋਤਲਾਂ ਨੇ ਪੂਰਾ 4-500 ਬੰਦੇ ਦਾ ਸੀ ਅਰੇਂਜਮੈਂਟ ਕਰਕੇ ਆਏ ਆ ਅੱਜ ਹਾਰੇ ਕੇ ਬੰਦੇ ਨੂੰ ਜਾਤੀ ਦੀ ਧਰਮ ਦੀ ਗੱਲ ਨਹੀਂ ਕਰਨੀ ਚਾਹੀਦੀ ਸਿਰਫ ਇੱਕ ਗੱਲ ਕਰਨੀ ਚਾਹੀਦੀ ਆ ਕਿ ਇਹ ਜਿਹੜੀ ਲੋਡਵੰਦ ਲੋਕ ਨੇ ਉਹਨਾਂ ਦੇ ਨਾਲ ਅਸੀਂ ਖੜਨਾ ਵਾਂ ਕੱਲ ਨੂੰ ਕਿਸੇ ਨੂੰ ਵੀ ਇਹ ਲੋਡ ਪੈ ਸਕਦੀ 7 ਲੋਜ ਦਾ ਪਾਣੀ ਲਗਾਤਾਰ ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡਾਂ ਤੇ ਕਹਿਰ ਬਣ ਕੇ ਟੁੱਟਿਆ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਲੋਕ ਜਿਹੜੇ ਨੇ ਉਹ ਬੜੇ ਪਰੇਸ਼ਾਨ ਨੇ ਛੱਤਾਂ ਦੇ ਉੱਪਰ ਬੈਠੇ ਨੇ ਘਰਾਂ 'ਚ ਪਾਣੀ ਭੜਿਆ ਔਰ ਇਸ ਸਮੇਂ ਤੇ ਜਿਹੜੇ ਲੋਕ ਉਹਨਾਂ ਦੀ ਮਦਦ ਦੇ ਵਿੱਚ ਆਉਂਦੇ ਨੇ ਤਾਂ ਉਹ ਲੋਕ ਲਗਾਤਾਰ ਉਹਨਾਂ ਦੀਆਂ ਛੱਤਾਂ ਤੱਕ ਉਹਨਾਂ ਦੇ ਘਰਾਂ ਤੱਕ ਪਸ਼ੂਆਂ ਲਈ ਚਾਰਾ ਕਹਿ ਲਈਏ ਖਾਂਦੇ ਲਈ ਰੋਟੀ ਕਹਿ ਲਈਏ ਲੰਗਰ ਕਹਿ ਲਈਏ ਜੋ ਵੀ ਚੀਜ਼ ਦੀ ਲੋੜ ਆ ਉਹ ਸਮਾਜ ਸੇਵੀ ਲੋਕਾਂ ਦੇ ਵੱਲੋਂ ਇੱਥੇ ਪਹੁੰਚਾਈ ਜਾ ਰਹੀ ਆ ਫਿਲਹਾਲ ਅਸੀਂ ਪਿੰਡ ਕਾਲੂਵਾਲਾ ਦੇ ਕੋਲ ਖੜੇ ਆ ਇਹ ਸਤਲੁਸ ਦੇ ਪਰਲੇ ਪਾਸੇ ਜਿਹੜਾ ਕਾਲੂ ਵਾਲਾ ਪਿੰਡ ਔਰ ਇਸ ਪਾਸੇ ਟੈਂਡੀ ਵਾਲਾ ਗੱਟੀ ਰਾਜੋ ਕੀ ਹੋਰ ਕਾਫੀ ਸਾਰੇ ਪਿੰਡ ਆ ਜਿਹੜੇ ਸਤਲੁਜ ਤੋਂ ਪਾਰ 15 ਤੋਂ 16 ਪਿੰਡ ਆ ਜਿਹੜੇ ਕੀ ਲਗਾਤਾਰ ਪਾਣੀ ਦੀ ਚਪੇਟ ਦੇ ਵਿੱਚ ਸੀ ਸਾਰੇ ਡੁੱਬੇ ਹੋਏ ਸੀ ਲਗਾਤਾਰ ਪ੍ਰਸ਼ਾਸਨ ਵੀ ਇੱਥੋਂ ਲੱਗਾ ਰਿਹਾ ਹੈ ਉਹਨਾਂ ਨੂੰ ਪ੍ਰਸ਼ਾਸਨ ਬਾਹਰ ਕੱਢਣ ਦੇ ਲਈ ਪਰ ਜਿਹੜੇ ਲੋਕ ਇੱਥੇ ਇਹਨਾਂ ਦੇ ਲਈ ਸਮਗਰੀ ਲੈ ਕੇ ਆਏ ਇਹਨਾਂ ਦੇ ਲਈ ਲੰਗਰ ਲੈ ਕੇ ਆਏ ਇਹਨਾਂ ਦੇ ਲਈ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਕ ਸੰਸਥਾ ਦੇ ਵੱਲੋਂ ਸਾਡੇ ਕੋਲੇ ਆਏ ਨੇ ਕੁਝ ਵਿਅਕਤੀ ਭਾਈ ਜੀ ਕੀ ਨਾਮ ਆਤੇ ਕਿਹੜੀ ਸੰਸਥਾ ਵੱਲੋਂ ਜਾਂ ਕਿਹੜੀ ਜਗ੍ਹਾ ਤੋਂ ਤੁਸੀਂ ਆਇਓ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਮਸੀ ਕੀ ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇ ਆ ਮੇਰਾ ਨਾਮ ਪ੍ਰੋਫਿਟ ਜਾਂ ਪੌਲਾ ਔਰ ਪਿੰਡ ਵਜੀਤਪੁਰ ਜ਼ਿਲ੍ਹਾ ਫਰੋਜ਼ਪੁਰਾ ਜੀ ਅੱਛਾ ਤੇ ਤੁਸੀਂ ਕੀ ਲੈ ਕੇ ਆਇਓ ਇਹਨਾਂ ਲਈ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਜਿਵੇਂ ਅੱਜ 5-6 ਦਿਨ ਹੋ ਗਏ ਆ ਫਲੱਡ ਆਏ ਨੂੰ ਲੋਕਾਂ ਨੂੰ ਘਰਾਂ ਨੂੰ ਡੁੱਬਿਆ ਨੂੰ ਆ ਦੇਖੋ ਜੀ ਅੱਜ ਅਸੀਂ ਇਹਨਾਂ ਦੇ ਲਈ ਜਿਹੜੇ ਚੌਲ ਅਲਫਾਫਿਆਂ ਚ ਪੈਕ ਕੀਤੇ ਆ ਸਬਜ਼ੀ ਮਿਕਸ ਕਰਕੇ ਔਰ ਬੱਚਿਆਂ ਦੇ ਲਈ কুরਕਰਿਆਂ ਦੇ ਪੈਕੇਟ ਨੇ ਬਿਸਕੁਟ ਨੇ ਲੱਸੀ ਆ ਦੁੱਧ ਆ ਔਰ ਉਹਨਾਂ ਦੇ ਲਈ ਖਾਣ ਦੇ ਲਈ ਬ੍ਰੈਡ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਦੋ ਪੈਕੇਟ ਨਹੀਂ ਚਾਰ ਪੰਜ ਨਹੀਂ ਪਾਣੀ ਦੀਆਂ ਬੋਤਲਾਂ ਨੇ ਪੂਰਾ 4-500 ਬੰਦੇ ਦਾ ਸੀ ਅਰੇਂਜਮੈਂਟ ਕਰਕੇ ਆਏ ਆ ਇਹ ਕਹਿਣ ਦੀਆਂ ਨਹੀਂ ਗੱਲਾਂ ਕੈਮਰਾ ਘਮਾਓ ਉਹ ਕੈਂਟਰ ਖੜਾ ਤੁਹਾਡੇ ਕੋਲ ਕੈਂਟਰ 'ਚ ਵੇਖੋ ਔਰ ਇਹ ਪਤੀਲਿਆਂ ਦੇ ਵਿੱਚ ਤੁਸੀਂ ਵੇਖੋ ਇਹ ਆਪ ਚੈੱਕ ਕਰੋ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਹੋਰ ਗਏ ਔਰ ਲੋਕ ਕਿੰਨੇ ਕੁ ਪਰੇਸ਼ਾਨ ਆ ਕਿੰਨੇ ਕੁ ਦੁਖੀ ਨੇ ਲੋਕ ਆ ਦੇਖੋ ਜੀ ਸਾਡੇ ਕੋਲ ਕਾਫੀ ਲੋਕਾਂ ਦੇ ਫੋਨ ਆਏ ਆ ਔਰ ਕਾਫੀ ਲੋਕਾਂ ਨੇ ਦੱਸਿਆ ਕਿ ਸਥਿਤੀ ਹੈ ਜਿਹੜੀ ਉਹਨਾਂ ਦੀ ਬਹੁਤ ਹੀ ਜਿਹੜੀ ਆ ਦੱਸਣ ਯੋਗ ਨਹੀਂ ਹੈਗੀ ਇੰਨਾ ਜ਼ਿਆਦਾ ਖਤਰੇ 'ਚ ਤਾਂ ਦੁੱਖ ਦੇ ਵਿੱਚ ਰਹਿ ਰਹੇ ਨੇ ਜੀ ਹੂੰ ਅੱਛਾ ਤੇ ਤੁਸੀਂ ਜਿਹੜੀ ਲੰਗਰ ਲੈ ਕੇ ਆਇਓ ਸਮਗਰੀ ਲੈ ਕੇ ਆਇਓ ਜੋ ਵੀ ਚੀਜ਼ਾਂ ਇਹਨਾਂ ਦੇ ਲਈ ਇਹ ਤੁਸੀਂ ਕਿੰਨੇ ਕ ਦਿਨਾਂ ਤੋਂ ਲਗਾਤਾਰ ਲਿਆ ਰਹੇ ਹੋ ਅੱਜ ਲੈ ਕੇ ਆਇਓ ਜਾਂ ਪਹਿਲਾਂ ਵੀ ਹੋਰ ਪਿੰਡਾਂ 'ਚ ਵੀ ਗਏ ਹੋ ਆਹ ਦੇਖੋ ਜੀ ਅਸੀਂ ਵੈਸੇ ਤੇ ਲਗਾਤਾਰ ਕੰਟੀਨਿਊਸ ਹੀ ਇਹ ਜਿਹੜਾ ਵੈਲਫੇਅਰ ਦਾ ਕੰਮ ਕਰਦੇ ਰਹਿੰਦੇ ਆਂ ਪਰ ਸਾਨੂੰ ਲੱਗਾ ਕਿ ਇੱਥੇ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਲੋੜ ਏ ਤੇ ਅੱਜ ਸਾਨੂੰ ਇੱਥੋਂ ਕਾਲ ਗਈ ਸੀਗੀ ਤੇ ਅਸੀਂ ਇਸ ਜਗ੍ਹਾ ਤੇ ਪਹੁੰਚੇ ਆਂ ਔਰ ਵੀ ਜਗ੍ਹਾ ਤੇ ਜਾਣੇ ਪਏ ਹਾਂ ਜੀ ਅੱਛਾ ਅੱਜ ਤੁਸੀਂ ਸਾਰਾ ਦਿਨ ਫਿਰ ਪੂਰਾ ਇਸੇ ਤਰੀਕੇ ਨਾਲ ਹੀ ਸਮਗਰੀ ਪੇਚੋਣੀ ਹਾਂਜੀ ਹਾਂਜੀ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਇੱਥੋਂ ਦੇ ਆਸ-ਪਾਸ ਦੇ ਲੋਕ ਨੇ ਜਿਨ੍ਹਾਂ ਲਈ ਲਗਾਤਾਰ ਇਹ ਸਤਲੁਜ ਦਾ ਪਾਣੀ ਖਤਰਾ ਬਣਿਆ ਹੋਇਆ ਆ ਦੇਖੋ ਜੀ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਵਾਂ ਹਰ ਸਾਲ ਹੀ ਇਹ ਹਾੜ ਆਉਂਦੇ ਨੇ ਦੁੱਖ ਸੁੱਖ ਜ਼ਿੰਦਗੀ ਦਾ ਕੇਈ ਸਾਣੇ ਔਰ ਇਹਦੇ ਵਿੱਚ ਦਿਲ ਨਹੀਂ ਛੱਡਣਾ ਚਾਹੀਦਾ ਅਸੀਂ ਧਾਰਮਿਕ ਬੰਦੇ ਆ ਸਾਡੀ ਸਭ ਤੋਂ ਜ਼ਿਆਦਾ ਆਸ ਹੈ ਜਿਹੜੀ ਪਰਮੇਸ਼ਰ ਤੱਕ ਹੁੰਦੀ ਏ ਤੇ ਸਾਨੂੰ ਪਤਾ ਹੈ ਕਿ ਪ੍ਰਭੂ ਇਹ ਜਿਹੜਾ ਉਹ ਲੋੜਾਂ ਪੂਰੀਆਂ ਕਰਦਾ ਹੈ ਪਰਮੇਸ਼ਰ ਨੇ ਜਾਨਵਰਾਂ ਨੂੰ ਕੀੜਿਆਂ ਨੂੰ ਪੱਥਰਾਂ ਦੇ ਵਿੱਚ ਦਿੱਤਾ ਹੈ ਇਹ ਮਨੋੱਖ ਨੇ ਤੇ ਮਨੋੱਖ ਦਾ ਜਿਹੜਾ ਸਬੰਧ ਹੈ ਪਰਮੇਸ਼ਰ ਦੇ ਨਾਲ ਬੜਾ ਗਹਿਰਾ ਹੈ ਉਹ ਪਰਮੇਸ਼ਰ ਇਹਨਾਂ ਦੀ ਚਿੰਤਾ ਕਰਦਾ ਹੈ ਉਹ ਦੇਖੋ ਮੇਰੇ ਮਨ ਦੇ ਵਿੱਚ ਆਇਆ ਮੈਂ ਆ ਗਿਆ ਹੋਰ ਵੀ ਕਈ ਸੰਸਥਾਵਾਂ ਨੇ ਜਿਹੜੀਆਂ ਪਹੁੰਚ ਰਹੀਆਂ ਨੇ ਅੱਜ ਹਾਰੇ ਕੇ ਬੰਦੇ ਨੂੰ ਜਾਤੀ ਦੀ ਧਰਮ ਦੀ ਗੱਲ ਨਹੀਂ ਕਰਨੀ ਚਾਹੀਦੀ ਸਿਰਫ ਇੱਕ ਗੱਲ ਕਰਨੀ ਚਾਹੀਦੀ ਆ ਕਿ ਇਹ ਜਿਹੜੀ ਲੋੜਵੰਦ ਲੋਕ ਨੇ ਉਹਨਾਂ ਦੇ ਨਾਲ ਅਸੀਂ ਖੜਨਾ ਵਾਂ ਕੱਲ ਨੂੰ ਕਿਸੇ ਨੂੰ ਵੀ ਇਹ ਲੋੜ ਪੈ ਸਕਦੀ ਏ ਜੋ ਅੱਜ ਤੁਸੀਂ ਕਰੋਗੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਤੁਹਾਨੂੰ ਬਰਕਤ ਬਣ ਕੇ ਤੇ ਤੁਹਾਨੂੰ ਅੱਗੇ ਮਿਲੇਗਾ ਔਰ ਜ਼ਿਆਦਾਤਰ ਅਸੀਂ ਵੇਖਦੇ ਹਾਂ ਕਿ ਲੋਕ ਇਸ ਲਈ ਨਹੀਂ ਭਲੇ ਦਾ ਕੰਮ ਕਰਦੇ ਉਹ ਸੋਚਦੇ ਨੇ ਕਿ ਸਾਡੇ ਅਕਾਊਂਟ ਦੇ ਵਿੱਚ ਲੱਖਾਂ ਰੁਪਏ ਨਹੀਂ ਹੈਗੇ ਸਾਡੀ ਜੇਬ ਦੇ ਵਿੱਚ ਜਿਹੜੇ ਉਹ ਇੰਨੇ ਪੈਸੇ ਨਹੀਂ ਹੈਗੇ ਸਾਡੀ ਕੋਠੀ ਏਡੀ ਵੱਡੀ ਨਹੀਂ ਹੈਗੀ ਸਾਡੇ ਕੋਲ ਵੱਡੀਆਂ ਗੱਡੀਆਂ ਨਹੀਂ ਹੈਗੀਆਂ ਸਾਡੇ ਕੋਲ ਚੰਗੇ ਕੱਪੜੇ ਨਹੀਂ ਹੈਗੇ ਪਰ ਮੈਂ ਇੱਕ ਚੀਜ਼ ਨੂੰ ਮੰਨਦਾ ਮਾਂ ਕਿ ਅਗਰ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਤੁਸੀਂ ਸਮਾਜ ਸੇਵਾ ਕਰਨੀ ਚਾਹੁੰਦੇ ਹੋ ਤੁਹਾਡੇ ਕੋਲ ਇੱਕ ਚੱਪਲ ਹੈ ਚੱਪਲ ਦੇ ਦਿਓ ਇੱਕ ਟੀ-ਸ਼ਰਟ ਹੈ ਟੀ-ਸ਼ਰਟ ਦੇ ਦਿਓ 1 ਰੁਪਿਆ ਉਹ ਦੇ ਦਿਓ ਪਾਣੀ ਦਾ ਗਲਾਸ ਕੋ ਪਿਆ ਸਕਦਾ ਪਰ ਇਸ ਲੋੜ ਦੇ ਵਿੱਚ ਜ਼ਰੂਰ ਖੜਨਾ ਚਾਹੀਦਾ ਜਿਹੜਾ ਬੰਦਾ ਇਸ ਦੁੱਖ ਦੇ ਵਿੱਚ ਜਿਹਦਾ ਹਿਰਦਾ ਨਹੀਂ ਪਿੰਗਲਦਾ ਪਿਆ ਉਹ ਮਨੁੱਖ ਨਹੀਂ ਹੈਗਾ ਬਿਲਕੁਲ ਤਾਂ مصیبت های چر ਦੇ ਲੋਕਾਂ ਦੇ ਵੱਲੋਂ ਜ਼ਰੂਰ ਮਦਦ ਕੀਤੀ ਜਾ ਰਹੀ ਆ ਰਾਹਤ ਦੇ ਲਈ ਸਾਹਮਣੇ ਪਿੰਡਾ ਕਾਲੂਵਾਲਾ ਉਹਨਾਂ ਦੇ ਲਈ ਇਹ ਸਮਗਰੀ ਲਿਆਂਦੀ ਗਈ ਆ ਬਿਸਕਟਾ ਹੋਰ ਕਾਫੀ ਸਮਾਨ ਆ ਪਾਣੀ ਦੀਆਂ ਬੋਤਲਾਂ ਨੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਲੋਕ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਦੇ ਲਈ ਜਿਹੜਾ ਕੀਤਾ ਲਗਾਤਾਰ ਇਹਨਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਤੁਸੀਂ ਆ ਦੇਖੋ ਕਿ ਪੈਕੇਟਾਂ ਦੇ ਵਿੱਚ ਬੰਦ ਕੀਤੀਆਂ ਹੋਈਆਂ ਚੀਜ਼ਾਂ ਨੇ ਅੱਛਾ ਦੁੱਧ ਆ ਇਹ ਤਾਂ ਤੁਸੀਂ ਆ ਵੇਖੋ ਕਿ ਦੁੱਧ ਦੇ ਪੈਕੇਟ ਹੈ ਜਾਨੀ ਕਿ ਜੋ ਵੀ ਖਾਣ ਪੀਣ ਦੇ ਲਈ ਉਹਨਾਂ ਦੇ ਲਈ ਲਿਆ ਸਕਦੇ ਨੇ ਉਹ ਚੀਜ਼ਾਂ ਇਹਨਾਂ ਦੇ ਵੱਲੋਂ ਲਿਆਂਦੀਆਂ ਗਈਆਂ ਨੇ ਇਸ ਜਗ੍ਹਾ ਤੇ ਔਰ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਆ ਰਹੀਆਂ ਨੇ ਔਰ ਉਹਨਾਂ ਦੇ ਵੱਲੋਂ ਇੱਥੇ ਜਿਹੜੇ ਲੋਕ ਲਗਾਤਾਰ ਫਸੇ ਹੋਏ ਨੇ ਪਾਣੀ ਦੇ ਵਿੱਚ ਇਸ ਦਰਿਆ ਦੇ ਪਾਣੀ ਦਾ ਕਹਿਰ ਜਿਹੜਾ ਉਹਨਾਂ ਦੇ ਉੱਪਰ ਟੁੱਟਿਆ ਲਗਾਤਾਰ ਪਿਛਲੇ ਦੋਵਾਂ ਤਿੰਨਾਂ ਦਿਨਾਂ ਤੋਂ ਉਨ੍ਹਾਂ ਦੀ ਮਦਦ ਦੇ ਲਈ ਲਗਾਤਾਰ ਲੋਕ ਇੱਥੇ ਆ ਰਹੇ ਨੇ ਔਰ ਮਦਦ ਕਰਨੀ ਵੀ ਚਾਹੀਦੀ ਹੈ ਇਹਨਾਂ ਲੋਕਾਂ ਨੇ ਵੀ ਇਹ ਗੱਲ ਕਹੀ ਸੀ ਕਿ ਸਾਡੀ ਮਦਦ ਕਰੋ ਕਿਉਂਕਿ ਘਰ ਚੋਂ ਬਾਹਰ ਜਾਣਾ ਮੁਸ਼ਕਲ ਹੋ ਗਿਆ ਸੀ ਛੱਤਾਂ ਦੇ ਉੱਪਰ ਹੀ ਜਿਹੜੇ ਲੋਕ ਬੈਠ ਕੇ ਆਪਣਾ ਗੁਜ਼ਾਰਾ ਕਰਦੇ ਸੀ ਪਰ ਫਿਲਹਾਲ ਪਾਣੀ ਦਾ ਪੱਧਰ ਘਟਿਆ ਹੈ ਲੋਕਾਂ ਨੂੰ ਜਿਹੜੀ ਟੈਨਸ਼ਨਾਂ ਦੀ ਲੋੜ ਨਹੀਂ ਹੈਗੀ ਔਰ ਫਿਲਹਾਲ ਜਿਹੜਾ ਕੀ ਆ ਹੋ ਸਕਦਾ ਹੈ ਕੀ ਇਹ ਜਿਹੜੀ ਰਾਹਤ ਆ ਲੋਕਾਂ ਨੂੰ ਮਿਲੇ ਇਸ ਪਾਣੀ ਤੋਂ ਜਿਹੜਾ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਕਹਿਰ ਸੀ ਪਾਣੀ ਦਾ ਉਸ ਤੋਂ ਨਿਜ਼ਾਤ ਲੋਕਾਂ ਨੂੰ ਜ਼ਰੂਰ ਮਿਲਦੀ ਨਜ਼ਰ ਆ ਰਹੀ ਆ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ